नमस्कार दोस्तों, फास्ट न्यूज़ इंडिया के डॉक्टर के एस भट्टी। मैं आज इतने बस्ती मिठू आया हुआ जलंधर, गुरु अर्जन देव नगर प्रोग्राम के नज़दीक एक घर है। इतने मैं आया हुआ, ये मकान जोड़ा है पिछले जहाँ कुछ बारिश, थोड़ा पता है बहुत ज़्यादा पै रही थी, बारिश के कारण ये मकान की छत गिर गई है। असं इतने आए हुए हैं, ये परिवार बहुत गरीब। आओ पहला तो दिखाने की जो छत है गिरी, अंदर की हाल है। आ देखो जी, मकान ये बहुत वधिया ने, मतलब लगता है कि बहुत गरीब परिवार हैगा। मकान की हालत देख के ये गरीब परिवार हैगा। छत का मलबा आ गिर गया है थले, ठीक है। इधर अलमारी पई है, बैड पिया, टुटा टुटी हालत, कुर्सी टुट गई है। आ देख लो, आज हम परिवार के मैंबर गल करते हैं। नमस्कार जी, ਤੁਹਾਡਾ ਨਾਮ ਕੀ ਹੈ ਜੀ? ਸੁਰਿੰਦਰ ਕੌਰ। ਸੁਰਿੰਦਰ ਕੌਰ, ਹਾਂਜੀ। ਤੁਹਾਡੇ ਹਸਬੈਂਡ ਕੀ ਕਰਦੇ ਨੇ? ਦਿਹਾੜੀ ਕਰਦੇ ਨੇ, ਹਾਂਜੀ। ਤੇ ਅੱਜ ਤੁਹਾਡਾ ਮਕਾਨ, ਇਹ ਤੋਂ ਇਲਾਵਾ ਤੁਹਾਡੇ ਕੋਲ ਰਹਿਣ ਨੂੰ ਜਗ੍ਹਾ ਹੈਗੀ ਹੈ? ਨਹੀਂ ਜੀ, ਇੱਕੋ ਹੀ ਕਮਰਾ। ਇੱਕ ਕਮਰੇ ਜੀ ਗੁਜ਼ਾਰਾ ਕਰਦੇ ਹੋ? ਅੱਛਾ, ਕਿੰਨੇ ਬੱਚੇ ਨੇ ਤੁਹਾਡੇ? ਤਿੰਨ ਬੱਚੇ ਨੇ, ਹਾਂਜੀ। ਇਹ ਆ ਦੋ ਬੇਟੇ? ਹਾਂਜੀ, ਇੱਕ ਬੇਟੀ। छत गिरी बाहर आ गए, जे असि ना आंदे तो फिर साडे जानी नुकसान तो होना ही सी। ठीक है, ਤੁਸੀਂ ਥੱਲੇ ਕੋਈ ਬੈੱਡ ਬੋਰਡ ਬੈੱਡ ਲੱਗਾ ਹੋਇਆ ਸੀ ਟੇਬਲ ਕੇ ਕੁਝ ਵੀ ਸਮਾਨ ਰੱਖੇ ਉਹ ਥੱਲੇ ਸੀਗੇ? ਹਾਂਜੀ, ਬੈੱਡ ਸੀਗਾ, ਬੈੱਡ ਟੁੱਟ ਗਿਆ ਆ, ਕੁਰਸੀ ਦੋ ਹੀ ਕੁਰਸੀਆਂ ਸੀ ਉਹ ਵੀ ਟੁੱਟ ਗਿਆ ਆ। ਤੁਹਾਡੇ ਪਾਪਾ ਕੀ ਕਰਦੇ ਨੇ? ਪਾਪਾ ਲੇਬਰਿੰਗ ਕਰਦੇ ਨੇ। ਲੇਬਰ ਕਰਦੇ ਨੇ, ਉਹਨਾਂ ਦੀ ਆਮਦਨ ਕਿੰਨੀ ਕੁ ਹੋਏਗੀ? ਆਮਦਨ ਅੰਕਲ ਇੰਨੀ ਜ਼ਿਆਦਾ ਨਹੀਂ ਹੈ ਕਿ ਮਹੀਨੇ ਦੀ 3,000 ਹੋਣੀ, 2,000 ਇੰਨੀ ਕੁ। ਅੱਛਾ, 2-3,000 ਰੁਪਇਆ। ਆ ਦੇਖੋ ਜੀ, ਆਹ ਪਰਿਵਾਰ ਦੀ ਜਿਹੜੀ ਹੈਗੀ ਹੈ, ਆਹ ਬੱਚੇ ਬੈਠੇ ਨੇ, ਅਤੇ ਆਹ ਜਿਹੜਾ ਸਮਾਨ ਹੈ ਬਾਹਰ, ਇਹ ਬਾਹਰ ਹੀ ਬੈਠੇ ਨੇ। ਇਹ ਦੇਖੋ ਪਰਿਵਾਰ ਜਿਹੜਾ ਬਾਹਰ ਹੀ ਬੈਠਾ ਹੋਇਆ, ਇਹਨਾਂ ਸਮਾਨ ਬਾਹਰ ਕੱਢ ਲਿਆ ਹੋਇਆ। ਤੁਹਾਡੇ ਕੋਲ ਇਸ ਤੋਂ ਇਲਾਵਾ ਕੋਈ ਹੋਰ ਰਹਿਣ ਨੂੰ ਜਗ੍ਹਾ ਨਹੀਂ ਬੇਟਾ? ਨਹੀਂ ਅੰਕਲ, ਬਿਲਕੁਲ ਵੀ ਜਗ੍ਹਾ ਨਹੀਂ ਹੈਗੀ, ਇੱਕ ਹੀ ਕਮਰਾ ਹੈ ਕਿ ਬਾਕੀ ਚਾਚੇ ਦਾ ਇਹ ਸਾਰੇ ਕਿ ਆਪਣੇ ਆਪਣੇ ਉਹਨਾਂ ਦੇ ਆਪਣੇ ਆਪਣੇ ਰੂਮ ਨੇ ਸਾਰੇ। ਆਹ ਜਿਹੜੇ ਬਾਕੀ ਇਹਨਾਂ ਦੇ ਹਿੱਸੇ ਪਏ ਹੋਏ ਨੇ? ਹਾਂਜੀ, ਹਿੱਸੇ ਸਾਰੇ। ਤੁਹਾਡੇ ਕੋਲ ਆਹ ਇੱਕ ਹੀ ਕਮਰਾ? ਹਾਂਜੀ, ਸਾਡੇ ਹਿੱਸੇ ਇੱਕ ਹੀ ਕਮਰਾ ਹੈ। ਅਤੇ ਹੁਣ ਤੁਸੀਂ ਆ ਕਿੱਥੇ ਸਮਾਨ ਫਿਰ ਬਾਹਰ ਹੀ ਹੈ ਤੁਸੀਂ ਸੌਂਗੇ? ਹਾਂਜੀ, ਅਸੀਂ ਰਾਤੀ ਵੀ ਬਾਹਰ ਮੀਂਹ 'ਚ ਬਹਿ ਕੇ ਗੱਡੀ। ਅੱਛਾ, ਜੇ ਬਾਰਿਸ਼ ਪੈ ਗਈ ਹੁਣ ਦੁਬਾਰਾ ਹੋਰ ਤੁਹਾਡੇ ਕੋਲ ਕੋਈ ਕਮਰਾ ਇੱਦਾਂ ਦਾ ਹੈ ਜਿੱਥੇ ਤੁਸੀਂ ਰਹਿ ਸਕਦੇ? ਨਹੀਂ ਹੈਗਾ। ਦੇਖੋ ਜੀ, ਆਹ ਪਰਿਵਾਰ ਦੇ ਵਿੱਚ ਬੱਚੇ ਦੱਸ ਰਹੇ ਨੇ ਕਿ ਅਗਰ ਦੁਬਾਰਾ ਬਾਰਿਸ਼ ਪੈ ਜਾਵੇ, ਇਹਨਾਂ ਕੋਲ ਬਾਹਰ ਹੀ ਟਾਈਮ ਪਾਸ ਕਰ ਰਹੇ ਨੇ, ਇਹਨਾਂ ਕੋਲ ਇੱਦਾਂ ਹੀ ਜਗ੍ਹਾ ਨਹੀਂ ਹੈ ਜਿੱਥੇ ਉਹ ਰਾਤ ਨੂੰ ਆਪਣੀ ਰਾਤ ਕੱਟ ਲੈਣ ਅਤੇ ਸਮਾਨ ਆਪਣਾ ਅੰਦਰ ਰੱਖ ਲੈਣ। ਅਤੇ ਇਹ ਪਰਿਵਾਰ ਨੂੰ ਬਹੁਤ ਮਦਦ ਦੀ ਜ਼ਰੂਰਤ ਹੈਗੀ ਹੈ। ਇਹਨਾਂ ਦੀ ਮਾਲੀ ਹਾਲਤ ਤੁਸੀਂ ਦੇਖ ਲਈ, ਆਹ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਹਨਾਂ ਦੀ ਹੈਗੀ ਮਦਰ ਹੈਗੀ, ਇਹਨਾਂ ਨੂੰ ਪੋਲੀਓ ਹੋਇਆ। ਦੇਖੋ, ਆਹ ਤੁਹਾਨੂੰ ਪੋਲੀਓ ਹੋਇਆ ਜੀ? ਹਾਂਜੀ, ਦਿਖਾਓ ਜਰਾ, ਇਹਦੇ ਦਿਖਾ ਲਓ। ਕੋਈ ਨਹੀਂ, ਕੋਈ ਨਹੀਂ, ਠੀਕ ਹੈ ਜੀ, ਬੈਠ ਲਓ। ਤੁਹਾਡੇ ਹਸਬੈਂਡ ਨੂੰ? ਹਾਂਜੀ, ਉਹਨਾਂ ਨੂੰ ਵੀ ਪੋਲੀਓ ਹੋਇਆ? ਜ਼ਿਆਦਾ। ਦੇਖੋ ਜੀ, ਆਹ ਮੀਆਂ ਬੀਬੀ ਦੋਨੋਂ ਹੀ ਪੋਲੀਓ ਦੇ ਮਰੀਜ਼ ਨੇ। ਇਹਨਾਂ ਦੀ ਆਮਦਨ ਦਾ ਸਾਧਨ ਜਿਹੜਾ ਹੈਗਾ 2,500-3,000 ਦੇ ਕਰੀਬ ਹੀ ਹੈਗਾ, ਕਿ ਸਾਨੂੰ ਨਹੀਂ ਲੱਗਦਾ ਕਿ ਇੰਨੀ ਆਮਦਨ ਦੇ ਵਿੱਚ ਪਰਿਵਾਰ ਪਾਲਣਗੇ ਜਾਂ ਆਪਣੀ ਛੱਤ ਪਾਉਣਗੇ। ਅਤੇ ਅਸੀਂ ਉਮੀਦ ਕਰਦੇ ਹਾਂ ਜੋ ਵੀ ਪ੍ਰਸ਼ਾਸਨ ਵਿੱਚੋਂ ਦੇਖ ਰਹੇ ਨੇ ਇਸ ਨੂੰ, ਉਹ ਇਸ 'ਤੇ ਗੌਰ ਕਰਨਗੇ ਔਰ ਇਹਨਾਂ ਨੂੰ ਆਰਥਿਕ ਮਦਦ ਦੇਣ ਦੀ ਕੋਸ਼ਿਸ਼ ਕਰਦੇ। ਧੰਨਵਾਦ ਦਰਸ਼ਕੋ। ਅਸੀਂ ਆਏ ਤਾਂ ਜੇ ਸਾਨੂੰ ਆਇਆ ਦੇਖ ਕੇ, ਔਰ ਅਸੀਂ ਆਏ ਤਾਂ ਮੀਡੀਆ ਨੂੰ ਦੇਖ ਕੇ, ਇੱਥੇ ਕੌਂਸਲਰ ਸਾਹਿਬ ਵੀ ਇਲਾਕੇ ਦੇ ਆਏ ਹੋਏ ਨੇ ਔਰ ਕੁਛ ਹੋਰ ਪ੍ਰਤੀਨਿਧੀ ਸੀ ਜਿਹੜੇ ਇੱਥੇ ਹਾਜ਼ਰ ਹੋਏ ਨੇ, ਔਰ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਜਾਣ ਤੋਂ ਪਹਿਲਾਂ। ਨਮਸਕਾਰ। ਨਮਸਕਾਰ ਜੀ। ਪਤਾ ਲੱਗਾ ਮੇਰੇ ਇਲਾਕੇ ਦੇ ਵਿੱਚ, ਕਿਉਂਕਿ ਭਾਰੀ ਬਾਰਿਸ਼ ਸੀਗੀ ਅਤੇ ਉਹਦਾ ਕਰਕੇ ਇਹ ਸਾਡੇ ਜੋ ਮੇਰੇ ਇਲਾਕੇ ਦਾ ਪਰਿਵਾਰ ਹੈ ਉਹ ਛੱਤ ਡਿੱਗੀ, ਔਰ ਉਹ ਹੋਰ ਜ਼ਿਆਦਾ ਮੰਦਭਾਗਾ ਉਦੋਂ ਹੈ ਕਿਉਂਕਿ ਦੋਨੇ ਹੀ ਜੋ ਕਮਾਉਣ ਵਾਲੇ ਹਨ, ਸਾਡੇ ਭਾਈ ਸਾਹਿਬ ਔਰ ਭੈਣ ਜੀ ਦੋਨੇ ਖੁਦ ਹੈਂਡੀਕੈਪ ਨੇ, ਅਤੇ ਕੋਸ਼ਿਸ਼ ਇਹੀ ਹੁੰਦੀ ਹੈ ਕਿਉਂਕਿ ਸਾਡੇ ਦੋ ਜਗ੍ਹਾ ਛੱਤ ਡਿੱਗੀ ਸੀ ਅਤੇ ਇੱਕ ਸੰਸਥਾ ਵੀ ਬਣਾਈ ਹੋਈ ਹੈ ਉਪਰਾਲਾ ਸਮਾਜਿਕ ਸੰਘ, ਅਤੇ ਉਦੋਂ ਸਾਰਿਆਂ ਦੇ ਸਹਿਯੋਗ ਦੇ ਨਾਲ ਉਦੋਂ ਥੋੜ੍ਹਾ ਥੋੜ੍ਹਾ ਕਰਕੇ ਇੱਕ ਟੈਲੈਂਟਡ ਡਿੱਗਿਆ ਸੀ, ਇੱਕ ਛੱਤ ਡਿੱਗੀ ਸੀ ਅਤੇ ਉਹ ਹੋ ਗਿਆ। ਤੋ ਮੈਂ ਇਹ ਇੱਥੇ ਇਸ ਕਰਕੇ ਦੱਸਣਾ ਚਾਹੁੰਦਾ ਕਿ ਉਦੋਂ ਵੀ
ਕੋਈ ਵੀ ਪ੍ਰਸ਼ਾਸਨਿਕ ਤੌਰ 'ਤੇ ਨਹੀਂ ਸੀ ਆਇਆ ਅਤੇ ਅਸੀਂ ਆਪ ਹੀ ਉਪਰਾਲਾ ਕਰਕੇ ਉਹ ਕੰਮ ਕੀਤਾ ਸੀ। ਹੁਣ ਵੀ ਅਸੀਂ ਆਏ ਹਾਂ ਦੇਖਣ, ਜੋ ਬੰਦਾ ਆਪ ਤਾਂ ਕਰ ਸਕਦਾ ਪਰ ਜੇ ਡਿਊਟੀ ਬਣਦੀ ਹੈ ਪ੍ਰਸ਼ਾਸਨ ਦੀ ਸਾਡੇ ਡੀ ਸੀ ਸਾਹਿਬ ਦੀ ਕਾਰਪੋਰੇਸ਼ਨ ਵੱਲੋਂ, ਕੋਈ ਵੀ ਮੇਰੇ ਹਿਸਾਬ ਨਾਲ ਇੱਥੇ ਨਹੀਂ ਆਇਆ। ਅਤੇ ਮੈਂ ਤੁਹਾਡੇ ਮਾਧਿਅਮ ਦੇ ਨਾਲ ਵੀ ਮੰਗ ਕਰਦਾ ਕਿ ਕਿਉਂਕਿ ਜਿੱਥੇ ਸੀ ਐੱਮ ਸਾਹਿਬ ਨੇ ਕੱਲ੍ਹ ਉਹਨਾਂ ਨੇ ਖੁਦ ਲਾਈਵ ਹੋ ਕੇ ਕਿਹਾ ਵੀ ਥੋੜ੍ਹਾ ਜਿਹਾ ਕਾਫੀ, ਕਿਉਂਕਿ ਬਾਰਿਸ਼ 3 ਦਿਨ ਰਹੀ ਔਰ ਉਦੋਂ ਹੋਰ ਔਖਾ ਹੋ ਜਾਂਦਾ ਜਦੋਂ ਕੋਈ ਗਰੀਬ ਪਰਿਵਾਰ ਹੋਵੇ, ਜਦੋਂ ਬਣਾ ਨਾ ਸਕਦਾ ਹੋਵੇ, ਅਤੇ ਉਦੋਂ ਹੋਰ ਜ਼ਿਆਦਾ ਦੁੱਖ ਹੁੰਦਾ ਜਦੋਂ ਕੋਈ ਪ੍ਰਸ਼ਾਸਨਿਕ ਤੌਰ 'ਤੇ ਕੋਈ ਸੁੱਧ ਬੋਧ ਨਾ ਲਵੇ, ਸਾਰ ਨਾ ਲਵੇ। ਤਾਂ ਮੈਂ ਨਿਸ਼ਚਿਤ ਤੌਰ 'ਤੇ ਅਨੁਗ੍ਰਹਿ ਕਰਦਾ ਸਾਡੇ ਡੀ ਸੀ ਸਾਹਿਬ, ਉਹ ਜ਼ਰੂਰ ਪੂਰਾ ਜਿੱਦਾਂ ਉਹਨਾਂ ਨੇ ਕਿਹਾ ਵੀ ਗੁਰਦਾਰੀ ਕਰਾਉਣੀ ਹੈ ਅਸੀਂ ਫਸਲਾਂ ਦੀ, ਕਾਇੰਡਲੀ ਜਿੱਦਾਂ ਜਿਹੜੇ ਘਰਾਂ ਦੇ ਵਿੱਚ ਗਰੀਬ ਪਰਿਵਾਰ ਹਨ ਜਿਹਨਾਂ ਦੀਆਂ ਛੱਤਾਂ ਡਿੱਗੀਆਂ, ਉਹ ਵੀ ਇੱਕ ਸਰਵੇ ਕਰਨ, ਜਿਹਨਾਂ ਦੀਆਂ ਛੱਤਾਂ ਡਿੱਗੀਆਂ ਉਹਨਾਂ ਨੂੰ ਆਪਣੇ ਖਜ਼ਾਨੇ ਦੇ ਵਿੱਚੋਂ ਜ਼ਰੂਰ ਮੁਆਵਜ਼ਾ ਦੇਣ। ਬਾਕੀ ਅਸੀਂ ਜੋ ਸਾਥੀ ਹਾਂ ਅਸੀਂ ਆਪਣੇ ਤੌਰ 'ਤੇ ਤਾਂ ਜੋ ਮਦਦ ਕਰ ਸਕਦੇ ਕਰਦੇ, ਕਰਨੀ ਹੀ ਹੈ ਪਰਿਵਾਰਾਂ ਦੀ, ਔਰ ਦੁੱਖ ਵੀ ਹੈ ਪਰ ਮੈਂ ਜ਼ਰੂਰ ਚਾਹਾਂਗਾ, ਮੇਅਰ ਸਾਹਿਬ ਨੂੰ ਵੀ ਗੁਜ਼ਾਰਿਸ਼ ਕਰਦਾ ਕਿਉਂਕਿ ਕਾਰਪੋਰੇਸ਼ਨ ਦਾ ਇਲਾਕਾ ਹੈ ਜਿੱਦਾਂ ਮੋਦੀ ਜੀ ਨੇ ਵੀ ਫੰਡ ਦਿੱਤੇ ਆ ਉਹਨਾਂ ਦੇ ਵਿੱਚੋਂ ਹੀ, ਔਰ ਇੱਦਾਂ ਹੀ ਡੀ ਸੀ ਸਾਹਿਬ ਦਾ ਫਰਜ਼ ਬਣਦਾ ਹੈ ਕਿ ਉਹ ਇਸ ਪਰਿਵਾਰ ਦੀ ਜ਼ਰੂਰ ਬਾਂਹ ਫੜਨ। ਕਿਉਂਕਿ ਸਭ ਤੋਂ ਵੱਡੀ ਗੱਲ ਹੈ ਜਦੋਂ ਤੁਸੀਂ ਵੀ ਹੁਣੇ ਇੰਟਰਵਿਊ ਲੈ ਰਹੇ ਸੀ ਵੀ ਦੋਨੇ ਹੀ ਹੈਂਡੀਕੈਪ ਹੈ ਔਰ ਪਰਿਵਾਰ ਕਮਾਉਣ ਵਾਲੇ ਬੱਚੇ ਛੋਟੇ ਛੋਟੇ ਹੈ, ਇਸ ਕਰਕੇ ਤੁਹਾਡੇ ਮਾਧਿਅਮ ਦੇ ਨਾਲ ਮੈਂ ਇਹ ਬੇਨਤੀ ਕਰਦਾ, ਔਰ ਇਹਦੇ ਨਾਲ ਮੈਂ ਇਹ ਵੀ ਬੇਨਤੀ ਕਰਦਾ ਕਿ ਜਿੱਦਾਂ ਉਪਰਾਲਾ ਸਮਾਜਿਕ ਸੰਘ ਜਿਹੜੀ ਮੇਰੀ ਸੰਸਥਾ, ਉਸ ਤੋਂ ਇਲਾਵਾ ਕੋਈ ਵੀ ਸੰਸਥਾ ਜਿਹੜੀ ਮੇਰੀ ਆਵਾਜ਼ ਸੁਣਦੇ ਹੋਣ, ਇਸ ਮਾਧਿਅਮ ਦੇ ਰਾਹੀਂ ਕਾਇੰਡਲੀ ਇਸ ਪਰਿਵਾਰ ਨੂੰ ਆ ਕੇ ਦੇਖਣ, ਅਤੇ ਪ੍ਰਸ਼ਾਸਨ ਤੋਂ ਇਲਾਵਾ ਵੀ ਜੇ ਕੋਈ ਇਹਨਾਂ ਦੀ ਮਦਦ ਕਰੇ ਤਾਂ ਬਹੁਤ ਵੱਡੀ ਗੱਲ ਹੈ। ਔਰ ਕਿਉਂਕਿ ਕਹਿੰਦੇ ਹਨ ਵੀ ਬਿਨ ਸੇਵਾ ਤ੍ਰਿਕ ਪੈਲ ਹੱਥ ਪੈਰ ਹੋਰ ਨਿਫਲ ਕਰਨੇ, ਅਤੇ ਸੇਵਾ ਹੀ ਸਭ ਕੁਛ, ਇਸ ਕਰਕੇ ਸੇਵਾ ਬਹੁਤ ਜ਼ਰੂਰੀ ਹੈ। ਅਤੇ ਕਾਇੰਡਲੀ ਅਸੀਂ ਜੋ ਬਣਦਾ ਹੋਇਆ ਆਪਣੇ ਤੌਰ 'ਤੇ ਵੀ ਜ਼ਰੂਰ ਕਰਾਂਗੇ, ਪਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ, ਉਹ ਆਪਣੀ ਜ਼ਿੰਮੇਵਾਰੀ ਜ਼ਰੂਰ। ਕੌਂਸਲਰ ਸਾਹਿਬ, ਤੁਹਾਨੂੰ ਇਹ ਵੀ ਲੱਗਦਾ ਹੋਣਾ ਕਿ ਦੇਖੋ ਜੇ ਇਹਨਾਂ ਦਾ ਕੋਈ ਮਕਾਨ ਦਾ ਹਿੱਸੇ ਦਾ ਕਿਤੇ ਪਾਸੇ ਨੁਕਸਾਨ ਹੋਇਆ, ਹੋਰਾਂ ਦਾ ਵੀ ਕਿਤੇ ਹੋਇਆ ਹੋਊਗਾ, ਅਤੇ ਲੇਕਿਨ ਇਹ ਪਰਿਵਾਰ 'ਤੇ ਇਸ ਵੇਲੇ ਬਾਹਰ ਬੈਠਾ ਨਾ, ਇਹਨਾਂ 'ਤੇ ਇਮੀਡੀਏਟ ਬਿਲਕੁਲ। ਔਰ ਮੈਂ ਕਿਉਂਕਿ ਕੱਲ੍ਹ ਜਲੰਧਰ 'ਚ ਪੰਜ ਜਗ੍ਹਾ ਇਹੋ ਜਿਹਾ ਹੋਏ, ਮੈਂ ਉਹੀ ਤਾਂ ਕਿਹਾ ਵੀ ਜਿੱਦਾਂ ਕਿਸਾਨੀ ਹੈ, ਫਸਲਾਂ ਖਰਾਬ ਹੋਈਆਂ, ਇੱਦਾਂ ਜਿਹੜੇ ਗਰੀਬ ਪਰਿਵਾਰ ਉਹਨਾਂ ਦੀਆਂ ਛੱਤਾਂ ਡਿੱਗੀਆਂ, ਔਰ ਇਮੀਡੀਏਟਲੀ ਉਹ ਕੁਛ ਨਹੀਂ ਕਰ ਸਕਦਾ, ਜਿੱਦਾਂ ਬਾਹਰ ਦੇਖੋ ਸਮਾਨ ਪਿਆ ਹੈ, ਤੋ ਹੁਣ ਮੀਂਹ ਆ ਜਾਵੇ ਇਸ ਵੇਲੇ ਤਾਂ ਬੜਾ ਔਖਾ ਕੰਮ ਹੋਊਗਾ ਪਰਿਵਾਰ ਲਈ, ਅਤੇ ਇਸ ਕਰਕੇ ਬਹੁਤ ਇਮੀਡੀਏਟ ਮੇਰੇ ਹਿਸਾਬ ਨਾਲ ਕੱਲ੍ਹ ਦਾ ਇਹ ਹੋਇਆ ਹਜੇ ਤੱਕ ਕੋਈ ਨਹੀਂ ਆਇਆ, ਬੜੀ ਦੁੱਖ ਵਾਲੀ ਗੱਲ ਹੈ। ਔਰ ਅਸੀਂ ਤਾਂ ਚਲੋ ਤੁਹਾਡੇ ਮਾਧਿਅਮ ਦੇ ਨਾਲ ਜੋ ਮੈਂ ਅੱਗੇ ਵੀ 2-3 ਜਗ੍ਹਾ ਹੋਇਆ, ਲੋਕ ਹੈਲਪ ਕਰਨ ਵਾਲੇ ਹਨ, ਪਰ ਸਵਾਲ ਇਹ ਹੈ ਵੀ ਪ੍ਰਸ਼ਾਸਨ ਸੁੱਤਾ ਪਿਆ, ਪ੍ਰਸ਼ਾਸਨ ਕੀ ਕਰਦਾ, ਪ੍ਰਸ਼ਾਸਨ ਨੂੰ ਜਾਗਣ ਦੀ ਲੋੜ ਹੈ, ਇਹਨਾਂ ਜੋ ਸਾਡੇ ਗਰੀਬ ਪਰਿਵਾਰ ਹੈ ਉਹਨਾਂ ਨੂੰ ਬਾਂਹ ਫੜਨ ਦੀ ਲੋੜ ਹੈ। ਮੈਂ ਤੁਹਾਡੇ ਮਾਧਿਅਮ ਦਾ ਵੀ ਜੋ ਤੁਸੀਂ ਇਹ ਕਰ ਰਹੇ ਹਾਂ, ਜੋ ਉਜਾਗਰ ਕਰ ਰਹੇ ਹਾਂ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਕਿਉਂਕਿ ਜਦੋਂ ਇੱਦਾਂ ਕਾਰਵਾਂ ਚੱਲ ਪਵੇ ਤਾਂ ਓਬਵੀਅਸਲੀ ਉਹਦੇ ਨਾਲ ਹੋਰ ਹੈਲਪ ਹੋ ਜਾਂਦੀ, ਅਤੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਜਿਹੜਾ ਤੁਸੀਂ ਆ ਕੇ ਅਤੇ ਇਹ ਸੁੱਤੀ ਹੋਏ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ। ਠੀਕ ਹੈ, ਧੰਨਵਾਦ ਜੀ। ਕੌਂਸਲਰ ਸਾਹਿਬ ਦੇ ਵਿਚਾਰ ਸੁਣੇ ਆ ਕਿ ਦੇਖੋ ਇਸ ਪਰਿਵਾਰ ਨੂੰ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ, ਔਰ ਉਹਨਾਂ ਵੱਲੋਂ ਉਸ ਪਰਿਵਾਰ ਵੱਲੋਂ ਔਰ ਕੌਂਸਲਰ ਸਾਹਿਬ ਵੱਲੋਂ ਇੱਥੇ ਇਲਾਕਾ ਨਿਵਾਸੀਆਂ ਵੱਲੋਂ ਜਿਹੜੇ ਇੱਥੇ ਹਾਜ਼ਰ ਹੋਏ ਨੇ ਕਿ ਇਹ ਜਿਹੜੇ ਪਰਿਵਾਰ ਨੂੰ ਇਮੀਡੀਏਟ ਜ਼ਰੂਰਤ ਹੈਗੀ ਹੈ ਬਿਲਕੁਲ, ਕਿ ਕਿਉਂਕਿ ਇਹ ਰਾਤ ਨੂੰ ਬਾਹਰ ਹੀ ਸੌਂ ਰਹੇ ਨੇ, ਇਹਨਾਂ ਨੂੰ ਇਮੀਡੀਏਟ ਰਿਲੀਫ ਮਿਲਣੀ ਚਾਹੀਦੀ ਹੈ। ਅਗਰ ਪ੍ਰਸ਼ਾਸਨ ਇਹ ਦੇਖਦਾ ਮਹਿਸੂਸ ਕਰਦਾ ਹੈ ਕਿ ਇਹ ਗਰੀਬ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਔਰ ਬਹੁਤ ਜਲਦੀ ਮਦਦ ਦੀ ਹੈਗੀ ਹੈ ਕਿ ਇਸ ਨੂੰ ਸਮਾਂ ਜ਼ਿਆਦਾ ਪਾਇਆ ਜਾਵੇ, ਤਾਂ ਇਹ ਪਰਿਵਾਰ ਬਾਹਰ ਬੈਠਾ ਹੀ ਬਿਮਾਰ ਹੋ ਜਾਏਗਾ, ਇਹ ਰੋਟੀ ਕਿੱਥੇ ਬਣਾਏਗਾ, ਸੌਵੇਗਾ ਕਿੱਥੇ, ਬਰਸਾਤ ਦਾ ਮੌਸਮ ਹੈ, ਬਰਸਾਤ ਦਾ ਫਿਰ ਨਹੀਂ ਪਤਾ ਕਦੋਂ ਲੱਗ ਜਾਏ। ਧੰਨਵਾਦ ਜੀ।